ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਨਸ਼ੀਲਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਹੋਈ ਮੌਤ। ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਇੰਨਾ ਵੱਧਦਾ ਜਾ ਰਿਹਾ ਹੈ ਕਿ ਆਏ ਦਿਨ ਹੀ ਕਿਸੇ ਨਾ ਕਿਸੇ ਨੌਜਵਾਨ ਨੂੰ ਨਸ਼ੇ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪੈ ਰਹੀ ਹੈ ਜੀ। ਇੱਦਾਂ ਦਾ ਹੀ ਕੁਝ ਤਾਜ਼ਾ ਮਾਮਲਾ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਡੱਲ ਤੋਂ ਸਾਹਮਣੇ ਆਇਆ ਹੈ, ਜਿੱਥੇ 30 ਸਾਲਾ ਨੌਜਵਾਨ ਗੁਰਪ੍ਰਤਾਪ ਸਿੰਘ ਪੁੱਤਰ ਮੁਖਤਾਰ ਸਿੰਘ ਦੀ ਨਸ਼ੇ ਦਾ ਟੀਕਾ ਲਾਉਣ ਕਰਕੇ ਹਾਲਤ ਖਰਾਬ ਹੋ ਗਈ। ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਜਦੋਂ ਉਸ ਨੂੰ ਨਿੱਜੀ ਹਸਪਤਾਲ ਵਿਖੇ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਿੰਡ ਡੱਲ ਤੋਂ ਪਹੁੰਡ ਵਿਖੇ ਆਇਆ ਸੀ, ਜਿੱਥੇ ਉਸਨੇ ਨਸ਼ੇ ਦਾ ਟੀਕਾ ਲਗਾ ਲਿਆ। ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਪਹੁੰਡ ਵਿਖੇ ਪੁੱਜੇ, ਜਿੱਥੋਂ ਉਸਨੂੰ ਚੁੱਕ ਕੇ ਹਸਪਤਾਲ ਵਿਖੇ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਗੁਰਪ੍ਰਤਾਪ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਛੋਟੇ ਬੱਚੇ, ਮਾਂ ਪਿਓ ਅਤੇ ਇੱਕ ਭਰਾ ਨੂੰ ਛੱਡ ਗਿਆ ਹੈ। ਦੱਸਣਯੋਗ ਗੱਲ ਇਹ ਵੀ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਿੰਡ ਡੱਲ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ, ਪਰੰਤੂ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਮਾਂ ਪਿਓ ਨੇ ਆਪਣਾ ਪੁੱਤਰ ਅਤੇ ਬੱਚਿਆਂ ਨੇ ਆਪਣਾ ਪਿਤਾ ਅਤੇ ਇੱਕ ਪਤਨੀ ਤੋਂ ਉਸਦਾ ਪਤੀ ਹਮੇਸ਼ਾ ਲਈ ਵਿਛੜ ਗਿਆ। ਇੱਥੇ ਦੱਸਣਯੋਗ ਗੱਲ ਇਹ ਵੀ ਹੈ ਕਿ ਪ੍ਰਸ਼ਾਸਨ ਨੂੰ ਪਤਾ ਹੋਣ ਦੇ ਬਾਵਜੂਦ ਵੀ ਕੋਈ ਵੀ ਅਧਿਕਾਰੀ ਤਫਦੀਸ਼ ਕਰਨ ਲਈ ਨਹੀਂ ਪੁੱਜਾ। ਲੇਕਿਨ ਦੂਜੇ ਪਾਸੇ ਥਾਣਾ ਖਾਲੜਾ ਦੀ ਪੁਲਿਸ ਉਸ ਵਕਤ ਮ੍ਰਿਤਕ ਦੇ ਘਰ ਪੁੱਜੀ ਜਦੋਂ ਮ੍ਰਿਤਕ ਦੇ ਸਰੀਰ ਨੂੰ ਅਗਨੀ ਭੇਟ ਕੀਤਾ ਜਾ ਰਿਹਾ ਸੀ। ਉੱਧਰ ਦੂਜੇ ਪਾਸੇ ਇਸ ਸੰਬੰਧੀ ਥਾਣਾ ਖਾਲੜਾ ਦੇ SHO ਤੋਂ ਜਾਣਕਾਰੀ ਲੈਣੀ ਚਾਹੀ ਤਾਂ ਉਹਨਾਂ ਨੇ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਇਸ ਮਾਮਲੇ 'ਤੇ ਕੀ ਕਾਰਵਾਈ ਕਰਦੇ ਹਨ। ਆਏ ਮੇਰਾ ਨਾਮ ਸਵਰਨ ਵਾ। ਤੇ ਲੜਕੇ ਨੂੰ ਕੀ ਗੱਲ ਹੋਈ, ਕਿੱਦਾਂ ਡੈਥ ਹੋਈ ਹੈ? ਮਨਜੀਤ ਕੌਰ ਹੈ, ਇੱਥੋਂ ਦਾ, ਪਿੰਡ ਦਾ ਸਵਰਨ। ਹਾਂਜੀ। ਆਏ ਮੇਰੇ ਬੱਚੇ ਨੂੰ ਮੈਂ ਘਰ ਨਹੀਂ ਹੈਗੀ, ਮੇਰੇ ਬੱਚੇ ਨੂੰ ਪਤਾ ਨਹੀਂ ਘਰੋਂ ਚਲੇ ਗਿਆ ਵਾ। ਹਾਂਜੀ। ਪਤਾ ਨਹੀਂ ਕੀ ਬਣ ਗਿਆ ਮੇਰੇ ਬੱਚੇ ਨੂੰ। ਤੇ ਕੀ ਕਿੱਦਾਂ ਡੈਥ ਕਿੱਦਾਂ ਹੋਈ ਹੈ? ਡੈਥ ਹੋਈ, ਟੀਕਾ ਲਾਇਆ ਮੇਰੇ ਬੱਚੇ ਨੇ, ਕਿ ਪਤਾ ਨਹੀਂ ਕਿਤਨਾ ਲਾਇਆ, ਕਿਤਨਾ ਗਿਆ ਘਰੋਂ, ਇਕੱਲਾ ਚਲੇ ਗਿਆ ਵਾ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਗੱਲ ਮੰਗ ਕਰਦੇ ਹਾਂ, ਇਹ ਸੁਣਾਈ ਨਹੀਂ ਸਾਡੀ ਹੁੰਦੀ, ਕੋਈ ਸੁਣਾਈ ਨਹੀਂ ਹੋਈ। ਅਸੀਂ ਕਹਿੰਦੇ ਉਹਦੀ ਸੁਣਾਈ ਸਾਡੀ ਹੋਵੇ, ਗਾਂ ਹੀ ਬੰਨ ਪਾ ਜੇ ਪਿੰਡ 'ਚ, ਸਾਡੇ ਨਿੱਕੇ ਨਿੱਕੇ ਬੱਚੇ ਆ, ਪੈਲੀ ਬੰਨਾ ਵੀ ਨਹੀਂ ਸਾਡਾ ਹੈਗਾ, ਬਿਲਕੁਲ ਹੀ ਥੋੜ੍ਹਾ ਵਾ। ਇੱਕ ਕਿੱਲਾ ਸਾਡੇ ਨਾਲ ਵਿਆਹ। ਕਿੰਨੇ ਬੱਚੇ ਸੀਗੇ? ਦੋ ਬੱਚੇ ਆ, ਇੱਕ ਕੁੜੀ ਅਤੇ ਮੁੰਡਾ ਵਾ। ਉਹਨਾਂ ਦਾ, ਮੇਰਾ ਨਾਮ ਵੀਰਜੀ ਗੁਰਸਾਹਿਬ ਸਿੰਘ ਆ, ਅਤੇ ਉਹ ਮੇਰਾ ਬ੍ਰਦਰ ਸੀ। ਡੈਥ ਉਹਦੀ ਇਹ ਹੋਈ ਆ ਵੀ ਘਰੋਂ ਚਲੇ ਗਿਆ ਕਿਤੇ, ਅਤੇ ਬਾਹਰੋਂ ਜਾ ਕੇ ਨਸ਼ੇ ਵਾਲਾ ਟੀਕਾ ਲੈ ਕੇ ਲਾ ਲਿਆ, ਓਵਰਡੋਜ਼ ਕਰਕੇ ਉਹਦੀ ਮੌਤ ਹੋ ਗਈ ਹੈ। ਨਸ਼ੇ ਵਾਲੀ ਇਹ ਪਹੂ ਪਿੰਡ ਲਾਗੋਂ ਮਿਲੇ ਆ, ਪਹੂ ਪਿੰਡ ਤੋਂ ਅਗਲੇ ਬੰਨੇ ਸੂਏ ਦੇ ਲਾਗੋਂ ਸੜਕ ਦੇ ਉੱਤੇ ਨਾਲ। ਨਹੀਂ ਜੀ, ਪ੍ਰਸ਼ਾਸਨ ਤਾਂ ਇਹ ਕਹਿ ਰਹੀ ਆ ਵੀ ਜਿਹੜਾ ਨਸ਼ਾ ਉਹ ਬੰਦ ਕਰ ਦਿੱਤਾ। ਤੁਹਾਡੇ ਹਿਸਾਬ ਦੇ ਨਾਲ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਉਹ ਕਿੰਨੇ % ਵਿਕ ਰਿਹਾ? ਵੀਰ ਜੀ, ਨਸ਼ਾ ਸ਼ਰੇਆਮ ਵਿਕਣ ਦਿਆ, ਕੋਈ ਨਸ਼ਾ ਨਹੀਂ ਐਡਾ ਬੰਦ ਹੋਇਆ।
ਅਤੇ ਜਿਸ ਤਰ੍ਹਾਂ ਸਾਡਾ ਵੀਰ ਪੂਰਾ ਆ ਗਿਆ ਅਗਾਂਹ ਹੀ ਤਾਂ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਨਸ਼ੇ 'ਤੇ ਕੰਟਰੋਲ ਹੋਵੇ ਅਤੇ ਹੋਰ ਕੋਈ ਨੌਜਵਾਨ ਮਰੇ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀ ਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।